ਸਲਾਮ ਵਾਲੇਕਮ ਦੋਸਤੋ ਕੀ ਹਾਲ ਤੁਹਾਡਾ ਮੈਂ ਤੁਹਾਡਾ ਦੋਸਤ ਇਮਰਾਨ ਰਿਆਜ਼ ਔਰ ਤੁਸੀਂ ਦੇਖਦੇ ਹੋ YouTube ਚੈਨਲ ਅੱਜ ਮੈਂ ਆਪਣੇ ਦੋਸਤਾਂ ਨੂੰ ਐਸੇ ਫਲਦਾਰ ਪੌਦੇ ਦਿਖਾਣਾ ਚਾਹਾਂਗਾ ਜਿਹੜੇ ਛੋਟੇ ਛੋਟੇ ਹੋਣ ਦੇ ਬਾਵਜੂਦ ਵੀ ਬਹੁਤ ਬੜ ਜ਼ਬਰਦਸਤ ਔਰ ਬਿਹਤਰੀਨ ਫਲ ਦੇ ਰਹੇ ਹਨ ਔਰ ਬੜੇ ਦਰੂਦ ਰਾਤ ਇਲਾਕਿਆਂ ਦੇ ਵਿੱਚੋਂ ਲੱਭ ਕੇ ਲਿਆਣ ਕੇ ਲਗਾਏ ਗਏ ਬੜੀਆਂ ਅੱਛੀਆਂ ਔਰ ਜ਼ਬਰਦਸਤ ਵੈਰਾਈਟੀਆਂ ਲਗਾਈਆਂ ਗਈਆਂ ਮੈਂ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਚਾਹਾਂਗਾ ਦਿਖਾਣਾ ਚਾਹਾਂਗਾ ਆਜੋ ਮੇਰੇ ਨਾਲ ਦੋਸਤ ਮੈਂ ਤੁਹਾਨੂੰ ਦਿਖਾਵਾਂ ਔਰ ਉਹ ਪੌਦੇ ਕਿਹੜੇ ਪੌਦੇ ਐਸੇ ਫਲਦਾਰ ਆ ਸਭ ਤੋਂ ਪਹਿਲੇ ਮੈਂ ਆਪਣੇ ਦੋਸਤਾਂ ਦਿਖਾਵਾ ਚਾਹਾਂਗਾ ਇੱਕ ਅਮਰੂਦ ਦਾ ਪੌਦਾ ਆ ਇਹ ਦੇਖੋ ਜੀ ਦੇਖਣ ਨੂੰ ਬਿਲਕੁਲ ਛੋਟਾ ਜਿਹਾ ਮਹਿਸੂਸ ਹੋ ਰਿਹਾ ਲੇਕਿਨ ਫਲ ਮਾਸ਼ਾਅੱਲਾ ਬਹੁਤ ਜ਼ਬਰਦਸਤ ਦੇ ਰਿਹਾ ਆ ਆਜੋ ਮੇਰੇ ਨਾਲ ਮੈਂ ਤੁਹਾਨੂੰ ਦਿਖਾਵਾ ਇਹਨੂੰ ਫਲ ਲੱਗਿਆ ਹੋਇਆ ਕਿੰਨਾ ਜ਼ਬਰਦਸਤ ਫਲ ਆ ਇਹ ਦੇਖੋ ਜੀ ਬਾਜ਼ਾਰ ਤੇ ਦੇਖਣ ਨੂੰ ਬਹੁਤ ਛੋਟਾ ਜਿਹਾ ਮਹਿਸੂਸ ਹੋ ਰਿਹਾ ਲੇਕਿਨ ਫਲ ਮਾਸ਼ਾਅੱਲਾ ਬੜਾ ਜ਼ਬਰਦਸਤ ਦੇ ਰਿਹਾ ਆ ਅਰ ਅਗਰ ਕਿਸੇ ਮੇਰੇ ਦੋਸਤ ਨੇ ਅਮਰੂਦ ਖਾਣੇ ਹੋਣ ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ ਦੋਸਤੋ ਅਮਰੂਦ ਬੜੇ ਜ਼ਬਰਦਸਤ ਔਰ ਮਿੱ ਆ ਤੁਸੀਂ ਦੇਖ ਸਕਦੇ ਹੋ ਜ਼ਬਰਦਸਤ ਫਲ ਲੱਗਿਆ ਹੋਇਆ ਇਹਨਾਂ ਦੀ ਉਮਰ ਸਿਰਫ 1 ਸਾਲ ਆ 1 ਸਾਲ ਦੇ ਪੌਦੇ ਹੋਇਆ ਔਰ 1 ਸਾਲ ਦੇ ਵਿੱਚ ਇੰਨਾ ਜ਼ਬਰਦਸਤ ਮਾਸ਼ਾਅੱਲਾ ਫਲ ਦੇ ਰਹਾ ਆ ਔਰ ਇਹ ਜਿਹੜੇ ਜਿਹੜੀ ਨਸਲ ਹੈਗੀ ਆ ਇਹ ਬੜੀ ਦੂਰੋਂ ਬੜੇ ਸ਼ਿਫਾਰਿਸ਼ਾਂ ਦੇ ਨਾਲ ਕਿਸੇ ਦੋਸਤ ਨੇ ਲਿਆਣ ਕੇ ਮੈਨੂੰ ਦਿੱਤੀ ਆ ਆਪਣੇ ਇਲਾਕੇ ਦੇ ਵਿੱਚ ਅਮਰੂਦਾਂ ਦੇ ਪੌਦੇ ਤਾਂ ਜ਼ਰੂਰ ਹੁੰਦੇ ਆ ਲੇਕਿਨ ਬਹੁਤ ਵੱਡੇ ਵੱਡੇ ਹੁੰਦੇ ਆ ਲੇਕਿਨ ਇਹ ਐਸਾ ਰਖਤਾ ਹੈ ਪੌਦਾ ਆ ਕਿ ਬੜਾ ਛੋਟਾ ਜਾ ਛੋਟਾ ਜਾ ਬਿਲਕੁਲ ਹੀ ਛੋਟਾ ਜ਼ਮੀਨ ਦੇ ਉੱਪਰ ਤੁਸੀਂ ਦੇਖ ਸਕਦੇ ਕਿ ਇਹਦੀਆਂ ਜਿਹੜੀਆਂ ਟਾਹਣੀਆਂ ਆ ਸ਼ਾਖਾਂ ਆ ਜ਼ਮੀਨ ਦੇ ਉੱਪਰ ਲੱਗੀਆਂ ਆ ਦੇਖ ਸਕਦੇ ਹੋ ਤੁਸੀਂ ਐ ਮੈਂ ਤੁਹਾਨੂੰ ਇਧਰੋਂ ਦੀ ਕਲੋਜ਼ ਕਰਕੇ ਦਿਖਾਉਣਾ ਇਹ ਦੇਖੋ ਬਿਲਕੁਲ ਜ਼ਮੀਨ ਦੇ ਉੱਪਰ ਲੱਗਿਆ ਹੈ ਛੋਟਾ ਜਿਹਾ ਪੌਦਾ ਆ ਔਰ ਮਾਸ਼ਾਅੱਲਾ ਬੜਾ ਜ਼ਬਰਦਸਤ ਫਲ ਦੇ ਰਿਹਾ ਤੁਹਾਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ ਫਲ ਕਿਹਦਾ ਜ਼ਬਰਦਸਤ ਫਲਾਇਦਾ ਜਿਹੜੇ ਮੇਰੇ ਦੋਸਤ ਭਰਾ ਜਿਹੜੇ ਬਾਗਬਾਨੀ ਦਾ ਕੰਮ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਨਸਲੀ ਪੌਦੇ ਲਗਾਉਣ ਤਾਂ ਕਿ ਫਲ ਦੀ ਪੈ ਇਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਇਹ ਨਿੰਬੂ ਦਾ ਪੌਦਾ ਦਿਖਾਣਾ ਚਾਹਾਂਗਾ ਦੇਖਣ ਨੂੰ ਬਜ਼ਾਹਰ ਬਿਲਕੁਲ ਛੋਟਾ ਜਿਹਾ ਮਹਿਸੂਸ ਹੋ ਰਿਹਾ ਦੇਖੋ ਇਹ ਬਿਲਕੁਲ ਛੋਟਾ ਜਿਹਾ ਜ਼ਮੀਨ ਦੇ ਉੱਪਰ ਹੀ ਪਿਆ ਆ ਲੇਕਿਨ ਫਲ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਇਹਨੂੰ ਮਾਸ਼ਾਅੱਲਾ ਫਲ ਪਹਿਲਾ ਫਲ ਲੱਗਿਆ ਆ ਔਰ ਪਿਛਲੇ ਸਾਲ ਇਹਨਾਂ ਦਿਨਾਂ 'ਚ ਲਗਾਇਆ ਸੀ ਔਰ ਇਸ ਸਾਲ ਇਹਨਾਂ ਦਿਨਾਂ 'ਚ ਫਲ ਦੇ ਰਿਹਾ ਔਰ ਬੜਾ ਜ਼ਬਰਦਸਤ ਨਿੰਬੂਆ ਅਗਰ ਇਹਦਾ ਪਾਣੀ ਬਣਾ ਕੇ ਪੀਤਾ ਜਾਵੇ ਤੇ ਬੜਾ ਜ਼ਬਰਦਸਤ ਟੇਸਟ ਆਉਂਦਾ ਹੈ ਇਹਦੇ ਪਾਣੀ ਦਾ ਜਿਹੜੇ ਕਿਸੇ ਮੇਰੇ ਦੋਸਤ ਨੇ ਪਾਣੀ ਨਿੰਬੂ ਵਾਲਾ ਪ ਇਸੇ ਪੌਦਿਆਂ ਨੂੰ ਨਿੰਬੂ ਉਤਾਰਾਂਗੇ ਨਿੰਬੂ ਉਤਾਰ ਕੇ ਉਹਨੂੰ ਇਸੇ ਨਿੰਬੂ ਦਾ ਪਾਣੀ ਪਿਲਾਵਾਂਗੇ ਔਰ ਦੱਸਾਂਗੇ ਕਿ ਵਾਕਿਆ ਟੇਸਟ ਕਿਹਦਾ ਦੱਸੇਗਾ ਜ਼ਬਰਦਸਤ ਟੇਸਟ ਆਏਗਾ ਹੁਣ ਮੈਂ ਆਪਣੇ ਦੋਸਤਾਂ ਨੂੰ ਬਿਲਕੁਲ ক্লোਜ਼ ਕਰਕੇ ਨਿੰਬੂ ਦਿਖਾਵਾਂਗਾ ਕਿਸ ਤਰ੍ਹਾਂ ਲੱਗੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ 1 ਲੀਟਰ ਪਾਣੀ ਦੇ ਵਿੱਚ ਸਿਰਫ ਇਹ ਤਿੰਨ ਨਿੰਬੂ ਪਾਣੀ ਦੇ ਵਿੱਚ ਪਾਏ ਹੋਏ ਜ਼ਬਰਦਸਤ ਪਾਣੀ ਤਿਆਰ ਹੋ ਜਾਂਦਾ ਤੇ ਇਹ ਵੀ ਬੜੀ ਮੁਸ਼ਕਲ ਦੇ ਨਾਲ ਪੈਂਦੇ ਆ اور دو ਨਿੰਬੂ ਪਾਈ ਹੋਣੇ 1 ਲੀਟਰ ਦੇ ਵਿੱਚ ਤੇ ਬੜਾ ਜ਼ਬਰਦਸਤ ਪਾਣੀ ਤਿਆਰ ਹੋ ਜਾਂਦਾ ਹੈ ਪਹਿਲੇ ਸਾਲ ਦਾ ਫਲ ਹੋਣ ਦੇ ਬਾਵਜੂਦ ਵੀ ਮਾਸ਼ਾਅੱਲਾ ਦਾ ਬੜਾ ਜ਼ਬਰਦਸਤ ਫਲ ਚੁੱਕਿਆ ਤੁਸੀਂ ਦੇਖਦੇ ਪਏ ਬੜਾ ਜ਼ਬਰਦਸਤ ਫਲ ਲੱਗਿਆ ਹੋਇਆ ਇਹ ਹਜੇ ਇਹ ਬਿਲਕੁਲ ਛੋਟਾ ਆ ਹਜੇ ਨੇ ਹੋਰ ਤਿਆਰ ਹੋਣਾ ਹੋ ਕੇ ਵੱਡਾ ਆ ਜਾਣਾ ਇਹ 1 ਕਿਲੋ ਦੇ ਵਿੱਚ ਸਿਰਫ 4 ਤੋਂ 5 ਨਿੰਬੂ ਆਂਦੇ ਆ ਜ਼ਬਰਦਸਤ ਜਿਹੜਾ ਇਹ ਪੌਦਾ ਹੈਗਾ ਇਹ ਦੇਖੋ ਨੂੰ ਬਿਲਕੁਲ ਛੋਟਾ ਜਿਹਾ ਪੌਦਾ ਹੈ ਇਹ ਤੁਸੀਂ ਦੇਖ ਜ਼ਮੀਨ ਦੇ ਬਿਲਕੁਲ ਨਾਲ ਲੱਗਿਆ ਹੋਇਆ ਪੌਦਾ ਇਹਨਾਂ ਉੱਚਾ ਵੱਡਾ ਵੀ ਨਹੀਂ ਹੈਗਾ ਕਿ ਬਹੁਤ ਵੱਡਾ ਹੋਵੇ ਜਿਹੜੇ ਕੋ ਛੋਟਿਆਂ ਨਾਲ ਟਾਂਗੇ ਨਾਲ ਤੋੜਨਾ ਪੈ ਜਾਵੇ ਅਮਰੂਦ ਨਿੰਬੂ ਜਿਹੜੇ ਮੇਰੇ ਦੋਸਤ ਨਿੰਬੂ ਦੀ ਕਾਸ਼ਤਕਾਰੀ ਦਾ ਕੰਮ ਕਰਦੇ ਆ ਨਿੰਬੂ ਦੇ ਬਾਗਬਾਨ ਹੈਗੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਕਮੈਂਟ ਦੇ ਵਿੱਚ ਮੈਨੂੰ ਦੱਸਣ ਉਹਨਾਂ ਨੂੰ ਅਸੀਂ ਦੱਸਾਂਗੇ ਇਸ ਤਰ੍ਹਾਂ ਦੇ ਪੌਦੇ ਕਿੱਥੋਂ ਮਿਲਦੇ ਆ ਔਰ ਮੈਂ ਵੀ ਲਿਆਂਦਾ ਜਿੱਥੋਂ ਉੱਥੇ ਮੈਂ ਦੱਸਾਂਗਾ ਉਹ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਇਹਨਾਂ ਦਰਖਤਾਂ ਦੇ ਜਿੱਥੇ ਬਾਗ ਬੀਜਿਆ ਹੋਇਆ ਨਿੰਬੂਆਂ ਦਾ ਉੱਥੇ ਲੈ ਕੇ ਜਾਵਾਂਗੇ ਉੱਥੋਂ ਨਿੰਬੂ ਵੀ ਲੈ ਕੇ ਦੇਵਾਂਗੇ ਬੜੇ ਸਸਤੇ ਰੇਟ ਦੇ ਨਾਲ ਲੈ ਕੇ ਦੇਵਾਂਗੇ ਦੋਸਤੋ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗੀ ਆ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਇਹਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਦੋਸਤੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਮੇਰੇ ਕੋਲ ਟਾਈਮ ਬੜਾ ਥੋੜਾ ਹੁੰਦਾ ਆ ਤੇ ਦੋਸਤੋ ਕੰਮਾਂ ਦੀ ਮਸਰੂਫੀ ਦੀ ਵਜ੍ਹਾ ਨਾਲ ਮੈਂ 1 ਮਹੀਨਾ ਪਹਿਲੇ ਪਿਛਲਾ ਜਿਹੜਾ ਇੱਕ ਵੀਡੀਓ ਨਹੀਂ ਬਣਾ ਸਕਿਆ ਤੇ ਹੁਣ ਬੜੀ ਮੁਸ਼ਕਲਾਂ ਨਾਲ ਟਾਈਮ ਕੱਢ ਕੇ ਮੈਂ ਵੀਡੀਓ ਬਣਾਈ ਹੈ ਔਰ ਆਪਣੇ ਦੋਸਤਾਂ ਦੇ ਅੱਗੇ ਮੇਰੀ ਇਹ ਰਿਕੁਐਸਟ ਆ ਕਿ ਮੇਰੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਆਦਾ ਤੋਂ ਜਿਆਦਾ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਹੌਸਲਾ ਫਜ਼ਾਈ ਹੋਵੇ ਵੀਡੀਓ ਬਹੁਤ ਦੇਖਣੇ ਦਾ ਸ਼ੁਕਰੀਆ ਅੱਲਾਹ ਹਾਫਿਜ਼